ਟਰੈਕਟਰ ਮਾਰਚ ਕਰਨ ਸਮੇ ਸਾਡੇ ਕਿਸਾਨ ਵੀਰਾਂ ਨੂੰ ਕੁਝ ਕੁ ਸਾਵਧਾਨੀਆਂ ਦਾ ਜਰੂਰ ਖਿਆਲ ਰੱਖਣਾ ਚਾਹੀਦਾ ਬੇਸ਼ੱਕ ਸਾਡੇ ਕਿਸਾਨ ਵੀਰ ਬਹੁ گاਹ ਵਧੂ ਨੇ ਲੰਬੀ ਸੋਚ ਦੇ ਮਾਲਕ ਨੇ ਤਦੇ ਤਾਂ ਇਥੋਂ ਤੱਕ ਪਹੁੰਚ ਗਏ ਹੋਏ ਨੇ ਪਰ ਵੀਰੋ ਆਪਣਾ ਵੀ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉਹਨਾਂ ਗੱਲਾਂ ਵੱਲ ਧੂਰ ਧਿਆਨ ਰੱਖੀਏ ਜਿਹੜੀਆਂ ਕਿਤੇ ਕਿਸੇ ਕੋਲ ਕੋ ਕਤਾਹੀ ਨਾ ਹੋ ਜਾਵੇ ਉਹ ਕਤਾਹੀ ਜਿਹੜੀ ਹੈ ਸਾਡੀਆਂ ਕੀਮਤੀ ਜਾਨਾਂ ਸਾਡੀ ਆਰਥਿਕਤਾ ਨੂੰ ਜਾਂ ਹੋਰ ਕਿਸੇ ਚੀਜ਼ ਨੂੰ ਲੈ ਕੇ ਨੁਕਸਾਨਦਾਇਕ ਸਾਬਤ ਹੋਵੇ ਮੈਂ ਆਸ ਕਰਨਾ ਕਿ ਮੇਰੇ ਭਰਾ ਮੇਰੇ ਭੈਣੋ ਮੇਰੇ ਛੋਟੇ ਵੀਰ ਇਸ ਵੀਡੀਓ ਨੂੰ ਜਰੂਰ ਸੁਣਨ ਤੇ ਨਾਲ ਹੀ ਸ਼ੇਅਰ ਵੀ ਕਰਨ ਹੋ ਸਕਦਾ ਕਿ ਇਹ ਸਾਡੇ ਲਈ ਇੱਕ ਚੰਗੀ ਗੱਲ ਸਾਬਤ ਕੋ ਦਵੇ ਤੇ ਮਹਾਰਾਣਕ ਕਿਰਪਾ ਕਰਨ ਕੇ ਸਾਰੇ ਹੀ ਸੁਖੀ ਸੰਦੀ ਸਫਲਤਾ ਕਰਨ ਵੀਰੋ ਜਦੋਂ ਆਪਾਂ ਦਿੱਲੀ ਚ ਕਿਸਾਨ ਟਰੈਕਟਰ ਮਾਰਚ ਕਰਨਾ ਆ ਤੇ ਜਿਸ ਦਿਨ ਕਰਨਾ ਆ ਉਸ ਦਿਨ ਕੁਝ ਵਲੰਟੀਅਰਾਂ ਦੀ ਰਾਤ ਡਿਊਟੀ ਲਈ ਜਾਵੇ ਕਿ ਉਹ ਵਲੰਟੀਅਰ ਜਿਹੜੇ ਨੇ ਉਹ ਰਾਤ ਸੜਕ ਦਾ ਨਰੀਖਣ ਕਰਨ ਕਿਤੇ ਇੱਕ ਸੜਕ ਦੇ ਵਿੱਚ ਕੋਈ ਤੋਆਤ ਨਹੀਂ ਪੁੱਟ ਦਿੱਤਾ ਕਿਤੇ ਸੜਕ ਦੇ ਉੱਪਰ ਕੋਈ ਜਹਾਤ ਨਹੀਂ ਕਰਤਾ ਜਿਸ ਨਾਲ ਦੁਰਘਟਨਾ ਹੋਣ ਦੀ ਸੰਭਾਵਨਾ ਹੋਵੇ ਨੰਬਰ 2 ਉਸ ਸੜਕ ਦੇ ਉੱਪਰ ਰਨਟੂ ਤੋਂ ਪਹਿਲਾਂ ਤੱਕ ਜਿਹੜਾ ਵਾ ਉਹ ਵੀ ਇੱਕ ਸਰਵੇਖਣ ਕੀਤਾ ਜਾਵੇ ਕਿ ਉਹਦੇ ਉੱਤੇ ਕੋਈ ਤਿਲਕਣਾ ਤੇਲਤ ਨਹੀਂ ਡੋਲ ਦਿੱਤਾ ਗਿਆ ਕਿਤੇ ਕੋਈ ਉਤੇ ਗਰੀਸਾਂਤ ਨਹੀਂ ਡੋਲ ਦਿੱਤੀਆਂ ਗਈਆਂ ਜਿਹਦੇ ਨਾਲ ਟਾਇਰ ਬ੍ਰੇਕ ਮਾਰ ਲਿਗਿਆ ਸਲਿੱਪ ਕਰਕੇ ਦੂਜੇ ਟਰੈਕਟਰ ਚ ਵੱਜ ਸਕਦੇ ਹੋਣ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਵੇ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਵੀ ਵੀਰ ਜਿਹੜਾ ਵਾ ਕਿਸਾਨ ਵੀਰ ਉਹ ਪਿੱਛੇ ਲਿਫਟ ਤੇ ਟਰੈਕਟਰ ਦੀ ਤੇ ਨਾ ਖਲੋਵੇ ਕਿਉਂਕਿ ਪਿਛਲੇ ਟਰੈਕਟਰਾਂ ਦੇ ਜਿੱਦਾਂ ਬਹੁਤ ਜ਼ਿਆਦਾ ਹੋਣੇ ਆ ਕੋਈ ਟਰੈਕਟਰ ਮਗਰੋਂ ਆ ਕੇ ਟਰੈਕਟਰ ਦੇ ਪਿੱਛੇ ਵੱਜ ਜਾਵੇ ਤੇ ਕੋਈ ਘਟਨਾ ਵਾਪਰ ਸਕਦੀ ਆ ਮਾਲਕੇ ਕਿਰਪਾ ਕਰਨੇ ਜ਼ਰੂਰ ਖਿਆਲ ਰੱਖਿਆ ਜਾਵੇ ਕੋਈ ਵੀ ਵੀਰ ਗਾੜਲੇ ਪਾਸੇ ਨਾ ਬਵੇ ਤਾਂ ਕਿ ਜਿਹੜੇ ਆਪਾਂ ਗਾੜੀ ਕਰਾਂ ਬਹਿ ਜਾਂਦੇ ਨੇ ਉਹਦੇ ਨਾਲ ਵੀ ਨੁਕਸਾਨ ਹੋਣ ਦੀ ਸੰਭਾਵਨਾ ਨਾਲ ਦੀ ਨਾਲ ਹੀ ਹਰੇਕ ਟਰੈਕਟਰ ਦੀ ਜਿਹੜੀ ਦੂਰੀ ਆ ਉਹ ਘੱਟੋ ਘੱਟ 15 ਤੋਂ 20 ਫੁੱਟ ਦੀ ਵਿੱਚ ਗੈਪ ਹੋਣਾ ਜ਼ਰੂਰੀ ਆ ਤਾਂ ਕਿ ਬ੍ਰੇਕ ਮਾਰ ਲੱਗਿਆ ਜਾਂ ਕੁਝ ਟਰੈਕਟਰ ਰੋਕਣ ਲੱਗਿਆ ਬੜੇ ਆਰਾਮ ਨਾਲ ਸਾਰਾ ਰੁਕਿਆ ਜਾ ਸਕੇ ਜਦੋਂ ਕਿਸਾਨ ਵੀਰਾਂ ਨੇ ਦਿੱਲੀ ਜਾਣਾ ਤੇ ਦਿੱਲੀ ਆਉਣਾ ਆ ਤੇ ਕੋਈ ਵੀ ਕਿਸਾਨ ਵੀਰ ਅੜੀ ਚ ਇੰਜ ਨਾ ਕਰੇ ਕਿ ਉਹ ਨੀਂਦਰੇ ਚ ਹੀ ਟਰੈਕਟਰ ਚਲਾਈ ਜਾਵੇ ਕਵੇਂ ਕਿ ਮੈਂ 8-10 ਘੰਟ ਚਲਾ ਲਿਆ ਹੋਰ 5-4 ਘੰਟ ਚਲਾ ਲਾਂ ਇਦਾਂ ਦੇ ਵੀਰੋ ਕੰਮ ਕੋਈ ਕੋਈ ਵੀ ਇੱਕ ਵੀ ਕਿਸਾਨ ਵੀਰ ਨਾ ਕਰੇ ਕਿਉਂਕਿ ਉਨੀਂਦਰੇ ਨਾਲ ਦੁਰਘਟਨਾ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਣੀ ਆ ਤੇ ਨਾਲ ਹੀ ਜਦੋਂ ਵੀ ਆਪਾਂ ਜਿਹੜੇ ਦੂਰੋਂ ਕਿਸਾਨ ਵੀਰਾਂ ਨੇ ਆਉਣਾ ਜਾਣਾ ਆ ਤੇ ਕੋਸ਼ਿਸ਼ ਕਰਨ ਕਿ ਉਹ ਇੱਕ ਟਰੈਕਟਰ ਦੇ ਪਿੱਛੇ ਦੋ-ਦੋ ਟਰੈਕਟਰ ਪਾ ਲੈਣ ਕਿਉਂਕਿ ਸੰਘਰਸ਼ ਦਾ ਪਤਾ ਨਹੀਂ ਲੰਬਾ ਚੱਲਣਾ ਕਿ ਛੋਟਾ ਚੱਲਣਾ ਕਿ ਉਹ ਜਿਹੜੀ ਹਜ਼ਾਰਾਂ ਲੱਖਾਂ ਰੁਪਈਆਂ ਦੀ ਬਜਟ ਹੋ ਗਈ ਉਹ ਫਿਰ ਸਾਡੇ ਕੰਮ ਆ ਸਕਦੀ ਆ ਇਸ ਤੋਂ ਇਲਾਵਾ ਵੀਰੋ ਜਿੰਦਨ ਮਾਰਚ ਹੋਣਾ ਆ ਮਾਰਚ ਵਾਲੇ ਦਿਨ ਇਹ ਆ ਕਿ ਜਦੋਂ ਇੱਕ ਵਲੰਟੀਅਰ ਲਾਏ ਜਾਣ ਕੁਝ ਜਿਹੜੇ ਰਾਤ ਸਰਵੇਖਣ ਇਹ ਵੀ ਕਰਨ ਕਿ ਕੋਈ ਖੰਭਾ ਤ ਨਹੀਂ ਟੇਡਾ ਕਰਤਾ ਬਿਜਲੀ ਵਾਲਾ ਕਿਉਂਕਿ ਦੁਸ਼ਮਣ ਕੁਝ ਵੀ ਕਰ ਸਕਦਾ ਸ਼ਰਾਰਤੀ ਅੰਸਰ ਕੁਝ ਵੀ ਕਰ ਸਕਦਾ ਕਿਤੇ ਕੋਈ اچانک ਵੱਡਾ ਟੋਇਆ ਤ ਨਹੀਂ ਪੁੱੜ ਦਿੱਤਾ ਗਿਆ ਮਤਲਬ ਮਾਰਚ ਤੋਂ ਕੁਝ ਸਮੇਂ ਪਹਿਲਾਂ ਕਿ ਜਦੋਂ ਟਰੈਕਟਰਾਂ ਦੀ ਦੀ ਲੱਗਣੀ ਆ ਤੇ ਉਹ ਟਰੈਕਟਰ ਜਿਹੜੇ ਉਹ ਇੱਕ ਦੂਜੇ ਚ ਪਿੱਛੋਂ ਵੱਜੀ ਜਾਣ ਤੇ ਵੱਡੀ ਘਟਨਾ ਵਾਪਰ ਸਕਦੀ ਸਾਡਾ ਬਹੁਤ ਨੁਕਸਾਨ ਹੋ ਸਕਦਾ ਇਸ ਚੀਜ਼ ਨੂੰ ਹੱਲ ਲਈ ਤੇ ਸਾਈਡ ਦੇ ਉੱਪਰ ਕੁਝ ਵਲੰਟੀਅਰ ਲਾਏ ਜਾਣ ਜਿਨ੍ਹਾਂ ਕੋਲ ਸਪੀਕਰ ਹੋਣ ਅਨਾਉਂਸਮੈਂਟ ਕਰਨ ਦੀ ਜਿਹੜੀ ਪਲ-ਪਲ ਦੀ ਜਾਣਕਾਰੀ ਉਹ ਪਿੱਛੇ ਤੱਕ ਜਿਹੜੀ ਸਾਂਝੀ ਕੀਤੀ ਜਾਵੇ ਇੱਕਦਮ ਨਾਲ ਦੀ ਨਾਲ ਹੀ ਵੀਰੋ ਕੋਈ ਜਹਾ ਇੱਕ ਝੰਡਾ ਵੀ ਰੱਖੋ ਕਿ ਜੇ ਕੋਈ ਟੋਆ ਹੋ ਜੇ ਜਾਂ ਗਾੜੀ ਕੋਈ ਚਾਹਣ ਕੇ ਇੱਕਦਮ ਬ੍ਰੇਕ ਆ ਜਾਏ ਜਾਂ ਵੱਡਾ ਮਸਲਾ ਖੜਾ ਹੋ ਜਾਏ ਤੇ ਉਹ ਝੰਡਾ ਲੈ ਕੇ ਤੇਜ਼ੀ ਨਾਲ ਜਿਹੜੇ ਨੇ ਦੱਸਿਆ ਜਾਵੇ ਕਿ ਲਹਿਰਾ ਦਿੱਤਾ ਜਾਵੇ ਤਾਂ ਕਿ ਟਰੈਕਟਰ ਉੱਥੇ-ਉੱਥੇ ਹੀ ਰੁਕ ਜਾਣ ਉਹ ਇੱਕ ਸਾਈਨ ਹੋਣਾ ਚਾਹੀਦਾ ਆ ਤਾਂ ਕਿ ਟਰੈਕਟਰ ਇੱਕ ਦੂਜੇ ਦੇ ਵਿੱਚ ਨਾ ਵੱਜੇ ਨਾ ਹੀ ਟਰੈਕਟਰਾਂ ਦਾ ਨੁਕਸਾਨ ਹੋਵੇ ਨਾ ਕਿਸੇ ਦਾ ਜਾਨੀ-ਮਾਲੀ ਨੁਕਸਾਨ ਹੋਵੇ ਮੈਂ ਸਮਝਦਾ ਕਿ ਸਾਨੂੰ ਇਨ੍ਹਾਂ ਵਿਸ਼ਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਜਿਸ ਦਿਨ ਟਰੈਕਟਰਾਂ ਦਾ ਮਾਰਚ ਹੋਣਾ ਆ ਉਸ ਦਿਨ ਜਿਹੜਾ ਭੋਜਨ ਦੀ ਖਾਸ ਤੌਰ ਤੇ ਨਿਗਰਾਨੀ ਰੱਖੀ ਜਾਵੇ ਜਿਵੇਂ ਚਾਹ ਦੇ ਆ ਦਾਲ ਲੰਗਰ ਪ੍ਰਸ਼ਾਦੇ ਦੀ ਸਾਰੀ ਦੀ ਸਾਰੀ ਬੜੇ ਤਰੀਕੇ ਦੇ ਨਾਲ ਨਾਲ ਦੀ ਨਾਲ ਹੀ ਕਈ ਵਾਰਾਂ ਕਿਤੇ ਇਹ ਵੀ ਹੋ ਸਕਦਾ ਕੋਈ ਦੁਸ਼ਮਣ ਕੋਈ ਸ਼ਰਾਰਤੀ ਅੰਸਰ ਰਸਤੇ ਦੇ ਵਿੱਚ ਕੋਈ ਲੰਗਰ ਲਾ ਕੇ ਬੈਠਾ ਹੋਵੇ ਜਿਹੜਾ ਕਿਸਾਨੀ ਮੋਰਚੇ ਨਾਲ ਸੰਬੰਧਿਤ ਨਾ ਹੋਵੇ ਉਹਨੇ ਕੋਈ ਲੱਡੂਆਂ ਦੇ ਵਿੱਚ ਕੋਈ ਮਠਿਆਈ ਦੇ ਵਿੱਚ ਕਿਸੇ ਚਾਹ ਦੇ ਵਿੱਚ ਕੁਝ ਅਜਹੀਆਂ ਚੀਜ਼ਾਂ ਮਿਲਾ ਦਿੱਤੀਆਂ ਹੋਣ ਜਿਨ੍ਹਾਂ ਉਨੀਂਦਰਾ ਆਉਂਦੀ ਸੰਭਾਵਨਾ ਹੋਵੇ ਬਿਓਸੀ ਹੋਣ ਦੀ ਸੰਭਾਵਨਾ ਹੋਵੇ ਉਹਦੇ ਨਾਲ ਵੀਰੋ ਸਾਡੇ ਕਿਸਾਨੀ ਸੰਘਰਸ਼ ਨੂੰ ਬਹੁਤ ਵੱਡਾ ੱਤਕਾ ਲੱਗ ਸਕਦਾ ਮੈਂ ਆਸ ਕਰਦਾ ਹਾਂ ਕਿ ਮੇਰੇ ਕਿਸਾਨ ਵੀਰ ਇਸ ਵਿਸ਼ੇ ਬਾਰੇ ਜਰੂਰ ਸੋਚਣ ਕਿਉਂਕਿ ਤੁਸੀਂ ਸਾਵਧਾਨੀਆਂ ਵਰਤਨੀਆਂ ਜਾਣਦੇ ਹੋ ਨਾਲ ਦੀ ਨਾਲ ਹੀ ਇਸ ਦਿਨ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਰੋੜ ਮਾਰਚ ਦੇ ਟਰੈਕਟਰ ਚੱਲਣੇ ਨੇ ਉਹਨਾਂ ਦੇ ਵਿੱਚ ਕਿਸੇ ਵੀ ਦੁਸ਼ਮਣ ਦੀ ਕੋਈ ਵੀ ਸਾਧਨ ਚਾਹੇ ਕਾਰ ਹੋਵੇ ਸਕੂਟਰ ਹੋਵੇ ਮੋਟਰਸਾਈਕਲ ਹੋਵੇ ਟਰੱਕ ਹੋਵੇ ਵੜ ਨਾ ਦਿੱਤਾ ਜਾਵੇ ਕਿਉਂਕਿ ਹੋ ਸਕਦਾ ਉਹਦੇ ਵਿੱਚ ਕੋਈ ਵਿਸਫੋਟ ਰੱਖਿਆ ਗਿਆ ਹੋਵੇ ਜਾਂ ਕੋਈ ਗੱਡੀ ਸਾਈਡ ਤੇ ਲਾ ਵਾਰਸ ਖੜੀ ਕੀਤੀ ਗਈ ਹੋਵੇ ਜਾਂ ਕੋਈ ਕੋਈ ਡੱਬਾ ਰੱਖਿਆ ਗਿਆ ਹੋਵੇ ਕਿਰਪਾ ਕਰਕੇ ਇਹਦਾ ਬੀ ਧਿਆਨ ਰੱਖਿਆ ਜਾਵੇ ਕਿਉਂਕਿ ਤੁਹਾਡੀਆਂ ਜਾਨਾਂ ਸਾਡੇ ਲਈ ਬਹੁਤ ਕੀਮਤੀ ਨੇ ਤੁਸੀਂ ਸਾਡੇ ਹੀਰੇ ਹੋ ਸਾਡੀ ਕੌਮ ਦੇ ਸਾਰੇ ਹੀ ਸਾਰੇ ਕਿਸਾਨ ਵੀਰ ਹੀਰੇ ਨੇ ਤੇ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਜਰੂਰ ਖਿਆਲ ਰੱਖਿਆ ਜਾਵੇ ਮੈਂ ਆਸ ਕਰਦਾ ਕਿ ਮੇਰੇ ਭੈਣ ਭਰਾ ਇਸ ਗੱਲ ਵੱਲ ਜਰੂਰ ਧਿਆਨ ਦੇਣ ਕਿਉਂਕਿ ਇਹ ਜਿਹੜੀ ਆ ਸਾਡੀ ਜੇ ਬਹੁਤ ਵੱਡੀ ਜੰਗ ਜਿਹੜੀ ਆਪਾਂ ਜਿੱਤ ਰਹੇ ਆ ਤੇ ਨਾਲ ਦੇ ਨਾਲ ਹੀ ਜਿਹੜੇ ਟਰੈਕਟਰ ਨੇ ਉਹ ਬੜੀ ਲਿਮਟ ਗਤੀ ਦੇ ਨਾਲ ਚਲਾਏ ਜਾਣ ਕਿਉਂਕਿ ਆਪਾਂ ਟਾਈਮ ਕੱਢ ਕੇ ਹੀ ਜਾਣਾ ਆ ਆਪਾਂ ਜਲਦੀ ਨਹੀਂ ਕਰਨੀ ਪਈ ਜਲਦੀ ਜਲਦੀ ਪਹੁੰਚ ਜੀਏ ਜਲਦੀ ਜਲਦੀ ਆ ਜੀਏ ਬੜੇ ਹੌਸਲੇ ਦੇ ਨਾਲ ਬੜੀ ਸ਼ੈਨ ਸ਼ੀਲਤਾ ਦੇ ਨਾਲ ਜਿਹੜਾ ਬਈ ਮਾਰਚ ਕੱਢਿਆ ਜਾਵੇ ਮੈਂ ਆਸ ਕਰਦਾ ਕਿ ਜਿਹੜੀਆਂ ਵੀ ਸੰਸਥਾਵਾਂ ਜਿਹੜੇ ਪ੍ਰਧਾਨ ਤੇ ਜਿਹੜੇ ਤੁਸੀਂ ਯੋਧੇ ਲੱਗੇ ਹੋ ਇਹਨਾਂ ਗੱਲਾਂ ਦਾ ਜਰੂਰ ਖਿਆਲ ਰੱਖੋਗੇ ਆਪਣੀ ਜ਼ਿੰਮੇਵਾਰੀ ਸਮਝ ਕੇ ਵੀਰੋ ਜਰੂਰ ਇਹਨੂੰ ਸ਼ੇਅਰ ਵੀ ਕਰ ਦਿਓ ਸ਼ੇਅਰ ਕਰਨ ਦਾ ਅਰਥ ਇਹ ਨਹੀਂ ਹੈ ਕਿ ਮੇਰੀ ਪੋਸਟ ਸ਼ੇਅਰ ਕਰਦਾ ਇਹਦਾ ਅਰਥ ਇਹ ਆ ਕਿ ਜੇ ਕਿਸੇ ਵੀ ਕੋਈ ਕੀਮਤੀ ਜਾਨ ਬਚ ਜਾਵੇ ਤਾਂ ਬਹੁਤ ਵਧੀਆ ਹੋਊਗਾ ਜੇ ਸਾਡੇ ਕੋ ਕੋਈ ਗਲਤੀ ਹੋ ਗਈ ਤੇ ਸਾਨੂੰ ਆਉਣ ਵਾਲਾ ਸਮਾਂ ਮਾਫ ਨਹੀਂ ਕਰੂਗਾ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸੀਕਾ ਹੱਥ ਜੋੜ ਕੇ ਬੇਨਤੀ ਕਰਦਾ ਵੀਰਿਓ ਕਿ ਆਹ ਰਲ ਕੇ ਨਿੱਕੀਆਂ-ਨਿੱਕੀਆਂ ਸਾਵਧਾਨੀਆਂ ਵਰਤੀਏ ਤੇ ਜੰਗ ਜਿੱਤ ਕੇ ਆਈਏ ਜੂਂਦੇ ਵਾਸਤੇ ਰੋ ਲੰਬੀਆਂ ਉਭਰਾਉਣ ਚੜ੍ਹਦੀਆਂ ਕਲਾਉਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ